ਲੱਗਿਆ ਕਿ ਮੇਰੇ ਤੋਂ ਡਰੈਸ ਪੁੱਛਣ ਲੱਗੇ ਨੇ ਭਾਈ ਦਾ ਪਿੱਛੇ ਵਾਲਾ ਜਿਹੜੀ ਟੋਪੀ ਪਾਈ ਸੀ ਮੇਰੇ ਕੋਲੋਂ ਆਇਆ ਇੱਕਦਮ ਉਹਨੇ ਮੇਰੇ ਗਲੇ 'ਚ ਮੇਰੀ ਚੈਨ ਚੱਕ ਪਾਇਆ ਅਤੇ ਖਿੱਚ ਕੇ ਭੱਜ ਗਿਆ। ਆ ਰਹੇ ਸੀ ਤੇ ਕੀ ਹੋਇਆ ਤੁਹਾਡੇ ਨਾਲ? ਜਦੋਂ ਮੈਂ ਆਪਣੀ ਗਲੀ ਦਾ ਮੋੜ ਮੋੜਿਆ ਮੇਰੇ ਪਿੱਛੋਂ ਆ ਰਹੇ ਦੋ ਆਦਮੀਆਂ ਨੇ ਮੇਰੇ ਅੱਗੇ ਆ ਕੇ ਮੋਟਰਸਾਈਕਲ ਖੜੀ ਕਰ ਲਈ ਅਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੇ ਤੋਂ ਐਡਰੈਸ ਪੁੱਛਣ ਲੱਗੇ ਨੇ ਭਾਈ ਦਾ ਪਿੱਛੇ ਵਾਲਾ ਜਿਹਨੇ ਟੋਪੀ ਪਾਈ ਸੀ ਮੇਰੇ ਕੋਲੋਂ ਆਇਆ ਇੱਕਦਮ ਉਹਨੇ ਮੇਰੇ ਗਲੇ 'ਚ ਮੇਰੀ ਚੈਨ ਨੂੰ ਹੱਥ ਪਾਇਆ ਅਤੇ ਖਿੱਚ ਕੇ ਭੱਜ ਗਿਆ। ਮੈਂ ਐਕਟਿਵਾ ਤੋਂ ਗਿਰ ਗਈ ਜਦੋਂ ਮੈਂ ਉਹਦੇ ਪਿੱਛੇ ਭੱਜੀ ਅਤੇ ਮੈਂ ਵੀ ਗਿਰ ਗਈ ਅਤੇ ਮੇਰੇ ਵੀ ਸੱਟਾਂ ਲੱਗੀਆਂ ਅਤੇ ਮੇਰਾ ਸ਼ਹਿਰ ਵਿੱਚ ਕੋਈ ਸੇਫਟੀ ਨਹੀਂ। ਇਹਦਾ ਮਤਲਬ ਇਹ ਹੈ ਕਿ ਮੈਂ ਪੁਲਿਸ ਅੱਗੇ ਇਹੀ ਬੇਨਤੀ ਕਰਦੀ ਹਾਂ, ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਸ਼ਹਿਰ ਵਿੱਚ ਥੋੜ੍ਹੀ ਜਿਹੀ ਸੁਰੱਖਿਆ ਕਾਇਮ ਕੀਤੀ ਜਾਵੇ। ਇਸ ਤਰ੍ਹਾਂ ਦੀ ਚੇਨ ਸਨੈਚਰ ਬਹੁਤ ਘਟਨਾਵਾਂ ਅੱਗੇ ਵੀ ਮੈਂ ਸੁਣ ਚੁੱਕੀ ਹਾਂ, ਅੱਗੇ ਵੀ ਹੋ ਚੁੱਕੀਆਂ ਨੇ।